ਇਟਸ ਯੂਅਰ ਬੋਡੀ ਹੋਰੀ ਬਾਬਾ। ਦੋਸਤੋ, ਇੱਕ ਬਹੁਤ ਹੀ ਪੁਰਾਣੀ ਕਹਾਵਤ ਆ ਕਿ ਜੇਕਰ ਬੰਦੇ ਦਾ ਬੁਰਾ ਵਕਤ ਚੱਲਦਾ ਹੋਵੇ ਤਾਂ ਬੰਦੇ ਨੂੰ ਊਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ। ਸੋ ਦੋਸਤੋ, ਇਹ ਗੱਲ ਬਿਲਕੁਲ ਸੱਚ ਹੋਈ ਹੈ, ਕਿਉਂਕਿ ਸ਼ਹਿਰ ਨਾਭੇ ਵਿੱਚ ਇੱਕ ਹੱਸਦੇ ਵੱਸਦੇ ਪਰਿਵਾਰ ਦਾ 33 ਸਾਲ ਦਾ ਬੇਟਾ ਜਿਸ ਨੂੰ ਇੱਕ ਭਰਿੰਡ ਨੇ ਕੱਟਿਆ ਤੇ ਉਸਦੀ ਡੈਥ ਹੋ ਗਈ। ਸੋ ਪਰਿਵਾਰ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੋ ਰਿਹਾ ਕਿ ਉਹਨਾਂ ਦਾ ਬੇਟਾ ਹੁਣ ਉਹਨਾਂ ਦੇ ਪਰਿਵਾਰ ਵਿੱਚ ਨਹੀਂ ਰਿਹਾ, ਉਹ ਹਮੇਸ਼ਾ ਲਈ ਤੁਰ ਗਿਆ। ਸੋ ਮਾਂ ਦਾ ਰੋਣਾ ਵੇਖਿਆ ਨਹੀਂ ਜਾਂਦਾ, ਬਹੁਤ ਹੀ ਬੁਰਾ ਹੋਇਆ ਇਸ ਪਰਿਵਾਰ ਨਾਲ। ਕਿਉਂਕਿ ਦੋਸਤੋ, ਜੇਕਰ ਬੰਦਾ ਕਦੇ ਬਿਮਾਰ ਹੋਵੇ ਜਾਂ ਕੋਈ ਐਕਸੀਡੈਂਟ ਜਾਂ ਕੋਈ ਵੱਡੀ ਘਟਨਾ ਹੋਈ ਹੋਵੇ ਤਾਂ ਬੰਦਾ ਫਿਰ ਵੀ ਸੋਚ ਲੈਂਦਾ ਕਿ ਇਸ ਤਰ੍ਹਾਂ ਹੋਇਆ ਸੀ, ਪਰ ਇੱਕ ਭਰਿੰਡ ਕੱਟਣ ਨਾਲ ਬੰਦੇ ਦੀ ਕਿਵੇਂ ਮੌਤ ਹੋ ਸਕਦੀ ਆ। ਸੋ ਇਹ ਹਰ ਇੱਕ ਬੰਦੇ ਲਈ ਇੱਕ ਸਵਾਲ ਆ ਤੇ ਹਰ ਕੋਈ ਹੈਰਾਨ ਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ। ਸੋ ਦੋਸਤੋ, ਇਸ ਪਰਿਵਾਰ ਨਾਲ ਜੋ ਘਟਨਾ ਬੀਤੀ ਆ ਉਸਨੇ ਪੂਰੇ ਪਰਿਵਾਰ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਆ। ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ ਕਿ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਪਰਿਵਾਰ ਨੇ ਦੱਸਿਆ ਕਿ ਇੱਕ ਭਰਿੰਡ ਨੇ ਉਹਨਾਂ ਦੇ ਬੇਟੇ ਦੀ ਗਰਦਨ ਤੇ ਕੱਟਿਆ, ਜਾਂ ਕਹਿ ਸਕਦੇ ਕਿ ਭਰਿੰਡ ਗਰਦਨ ਤੇ ਲੜਿਆ, ਤੇ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਉਸ ਮੁੰਡੇ ਨੂੰ ਹਸਪੀਟਲ ਲੈ ਗਿਆ। ਪਰ ਦੋਸਤੋ, ਹਸਪੀਟਲ ਜਾ ਕੇ ਉਸ ਮੁੰਡੇ ਨੇ ਦਮ ਤੋੜ ਦਿੱਤਾ, ਉਸ ਦੀ ਡੈਥ ਹੋ ਗਈ। ਉਹਨਾਂ ਨੇ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਭਰਿੰਡ ਲੜਨ ਤੋਂ ਐਲਰਜੀ ਸੀ, ਪਰ ਦੋਸਤੋ ਪਹਿਲਾਂ ਉਹ ਕੋਈ ਨਾ ਕੋਈ ਇੰਜੈਕਸ਼ਨ ਲਵਾ ਕੇ ਜਾਂ ਦਵਾਈ ਲੈ ਕੇ ਠੀਕ ਹੋ ਜਾਂਦਾ ਸੀ, ਪਰ ਇਸ ਵਾਰ ਭਰਿੰਡ ਨੇ ਅਜਿਹਾ ਕੱਟਿਆ ਕਿ ਉਹ ਇੰਜੈਕਸ਼ਨ ਜਾਂ ਦਵਾਈ ਨਾਲ ਵੀ ਠੀਕ ਨਹੀਂ ਹੋ ਸਕਿਆ ਤੇ ਇੱਕ ਭਰਿੰਡ ਨੇ ਪੂਰਾ ਪਰਿਵਾਰ ਹੀ ਉਜਾੜ ਦਿੱਤਾ। ਸੋ ਦੋਸਤੋ, ਬਹੁਤ ਹੀ ਬੁਰੀ ਘਟਨਾ। ਸੋ ਦੋਸਤੋ, ਇਸ ਘਟਨਾ ਨਾਲ ਬਹੁਤ ਹੀ ਵੱਡੇ ਸਵਾਲ ਵੀ ਪੈਦਾ ਹੋ ਗਏ ਆ, ਕਿਉਂਕਿ ਆਪਣੇ ਅਕਸਰ ਹੀ ਭਰਿੰਡ ਲੜ ਜਾਂਦਾ ਤੇ ਆਪਾਂ ਇਸ ਨੂੰ ਅਣਗੌਲਿਆ ਵੀ ਕਰ ਦਿੰਦੇ ਹਾਂ ਕਿ ਕੋਈ ਗੱਲ ਨਹੀਂ, ਚਲੋ ਭਰਿੰਡ ਹੀ ਲੜਿਆ ਫਿਰ ਕੀ ਹੋਇਆ। ਪਰ ਦੋਸਤੋ, ਇੱਥੇ ਇਹ ਗੱਲ ਵੀ ਹੁਣ ਸੋਚਣ ਵਾਲੀ ਆ ਕਿ ਜੇਕਰ ਸਾਡੇ ਭਰਿੰਡ ਲੜਦਾ ਤਾਂ ਸਾਨੂੰ ਹਮੇਸ਼ਾ ਚੰਗੇ ਡਾਕਟਰ ਨੂੰ ਜਲਦੀ ਜਲਦੀ ਦਿਖਾਉਣਾ ਚਾਹੀਦਾ ਤੇ ਕੋਈ ਨਾ ਕੋਈ ਦਵਾਈ ਲੈਣੀ ਚਾਹੀਦੀ ਆ ਤਾਂ ਜੋ ਅੱਗੇ ਇਸ ਤਰ੍ਹਾਂ ਦੀਆਂ ਵੱਡੀਆਂ ਘਟਨਾਵਾਂ ਨਾ ਹੋ ਸਕਣ ਤੇ ਅਸੀਂ ਇਸ ਤਰ੍ਹਾਂ ਦੇ ਨੁਕਸਾਨ ਤੋਂ ਬਚ ਸਕੀਏ। ਸੋ ਦੋਸਤੋ, ਜੋ ਵੀ ਹੋਇਆ ਬਹੁਤ ਹੀ ਬੁਰਾ ਹੋਇਆ, ਆਪਾਂ ਤਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਇਸ ਮੁੰਡੇ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਇਸ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਸੋ ਦੋਸਤੋ, ਜਿੰਨੇ ਵੀ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ, ਮੈਂ ਸਾਰਿਆਂ ਨੂੰ ਦੋਨੋਂ ਹੱਥ ਜੋੜ ਕੇ ਰਿਕੁਐਸਟ ਕਰੂੰਗਾ ਕਿ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤਾਂ ਜੋ ਇਸ ਮੁੰਡੇ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੇ ਪਰਿਵਾਰ ਤੇ ਵੀ ਵਾਹਿਗੁਰੂ ਜੀ ਮਿਹਰ ਦਾ ਹੱਥ ਰੱਖਣ। ਤੇ ਦੋਸਤੋ, ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਜਾਣ ਸਕਣ ਕਿ ਇੱਕ ਭਰਿੰਡ ਲੜਨਾ ਸਾਡੇ ਲਈ ਕਿੰਨਾ ਖਤਰਨਾਕ ਹੋ ਸਕਦਾ, ਸੋ ਉਹ ਵੀ ਸਾਵਧਾਨ ਹੋ ਸਕਣ। ਸੋ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ ਤੇ ਮੈਂ ਅੰਤ ਵਿੱਚ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।